ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਜਕੁਮਾਰ ਹਨੇਰਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਮੈਂ ਵਿਨੇ ਹਰੀ ਜੀ ਹੋਣਾਂ ਦੇ ਦਫ਼ਤਰ 'ਚ ਆਇਆ। ਵਿਨੇ ਹਰੀ ਜੀ, ਤੁਹਾਨੂੰ ਸਭ ਤੋਂ ਪਹਿਲਾਂ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਮੁਬਾਰਕਾਂ ਸਰ, ਵਧਾਈਆਂ। ਦਰਸ਼ਕਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤਾਂ ਸਰ, ਮੈਂ ਤੁਹਾਡੇ ਦਫ਼ਤਰ 'ਚ ਸਾਲ ਕੁ ਬਾਅਦ ਤਕਰੀਬਨ ਤੁਹਾਨੂੰ ਮੈਂ ਮਿਲ ਰਿਹਾ। ਹੋ ਗਿਆ 8 ਮਹੀਨੇ ਹੋ ਗਏ, 8 ਮਹੀਨੇ ਹੋ ਗਏ ਹੈ ਨਾ। ਅਤੇ ਗੱਲ ਇਸ ਤਰ੍ਹਾਂ, ਆਪਾਂ ਸ਼ੁਰੂ ਕੀਤਾ ਸੀਗਾ ਤੁਹਾਡੇ ਨਾਲ, ਮੈਂ ਇੱਕ ਐਡ ਆਈ ਸੀਗੀ ਜਾਦੂਗਰ ਦੀ, ਹੈ ਨਾ ਜੀ। ਉਹ ਜਾਦੂਗਰ ਵਾਲੀ ਐਡ 'ਚ ਸੀਗੇ, ਫਿਰ ਉਸ ਤੋਂ ਬਾਅਦ ਕੋਪਰੇਸ਼ਨ ਥੀਏਟਰ ਵਾਲੀ ਐਡ ਕੀਤੀ, ਉਹਦੇ ਵਿੱਚ ਆਪਾਂ ਕੈਂਪ ਕੀਤਾ। ਉਹ 'ਚ ਆਪਾਂ ਆਪਣੇ ਦਾਅਵੇ ਕੀਤੇ ਕਿ 5.5 ਬੈਂਡ, 5 ਬੈਂਡ ਅਤੇ ਮਤਲਬ ਬੈਂਡ ਤੋਂ ਬਗੈਰ ਵੀ ਅਸੀਂ ਲੈ ਕੇ ਜਾਂਦੇ ਰਹੇ ਬੱਚਿਆਂ ਨੂੰ ਨਾ। ਔਰ ਮੈਂ ਦੇਖਿਆ ਕਿ ਉਹ ਐਡ, ਮਤਲਬ ਕਈ ਲੋਕ ਕਹਿੰਦੇ ਯਾਰ ਐਵੇਂ ਹਵਾਵਾਂ ਜਿਹੀਆਂ ਤੁਹਾਡੀਆਂ ਚੱਲਦੀਆਂ ਨੇ, ਐਡ ਹੀ ਚੱਲਦੀ, ਕੰਮ ਨਹੀਂ ਹੋ ਰਿਹਾ। ਪਰ ਮੈਂ ਦੇਖ ਰਿਹਾ ਤੁਹਾਡਾ ਆਫਿਸ ਦੇ ਵਿੱਚ ਕਮਾਲ ਹੈ, ਇੰਨੇ ਵੀਜ਼ੇ ਲੱਗੇ ਹੋਏ ਨੇ, ਬੱਚਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਔਰ ਇਸ ਤੋਂ ਇਹ ਸਿੱਧ ਹੁੰਦਾ ਕਿ ਬਾਕੀ ਹੀ ਤੁਹਾਡੇ ਆਫਿਸ ਦੇ ਵਿੱਚ ਬਹੁਤ ਹੀ ਇਸ ਚੀਜ਼ ਦੀ ਕਾਮਯਾਬੀ ਮਿਲੀ ਹੈ, ਤੁਸੀਂ ਸਾਰੇ ਬੱਚਿਆਂ ਨੇ ਵੀਜ਼ੇ ਲਵਾਏ ਨੇ। ਇਮਾਨਦਾਰੀ ਨਾਲ ਅਪਲਾਈ ਕੀਤਾ, ਬਿਲਕੁਲ ਸਰ, ਅਲਟੀਮੇਟਲੀ ਜਿਹਨੇ ਬੱਚੇ ਨੇ ਵੀ ਜਾਣਾ, ਇੱਕ ਇਨਸਾਨ ਦੀ ਜ਼ਿੰਦਗੀ ਸਾਡੇ ਹੱਥ 'ਚ ਹੁੰਦੀ ਹੈ। ਜੀ ਜੀ, ਜਿੱਦਾਂ ਅਸੀਂ ਓਪਰੇਸ਼ਨ ਥੀਏਟਰ ਦੇ ਵਿੱਚ ਬੰਦੇ ਨੂੰ ਲੈ ਜਾਂਦੇ ਹਾਂ ਤਾਂ ਡਾਕਟਰ ਨੇ ਉਸ ਤੋਂ ਬਾਅਦ ਕਰਨਾ ਹੁੰਦਾ, ਜਾਂ ਮਹਾਰਾਜ ਦੇ ਹੱਥ 'ਚ ਹੁੰਦਾ, ਇਸੇ ਤਰੀਕੇ ਨਾਲ ਜਦੋਂ ਕੋਈ ਇਨਸਾਨ ਸਾਡੇ ਕੋਲ ਆਉਂਦਾ ਵਾ, ਜਦੋਂ ਕੋਈ ਵੀ ਸਟੂਡੈਂਟ ਸਾਡੇ ਕੋਲ ਵੀਜ਼ਾ ਲਵਾਉਣ ਆਉਂਦਾ, ਸਾਡੇ ਲਈ ਉਹ ਇੱਕ ਫਾਈਲ ਨਹੀਂ ਹੁੰਦੀ, ਸਾਡੇ ਲਈ ਇੱਕ ਜ਼ਿੰਦਗੀ ਹੁੰਦੀ ਹੈ। ਉਸ ਬੰਦੇ ਨੂੰ ਪਾਰ ਲਾਉਣਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਪੈਸੇ ਨੂੰ ਮੁੱਖ ਨਾ ਰੱਖਦਿਆਂ ਹੋਇਆਂ, ਸਾਡਾ ਇੱਕੋ ਟਾਸਕ ਹੁੰਦਾ ਵੀ ਕਿਸੇ ਤਰੀਕੇ ਇਹ ਇਨਸਾਨ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਲਵੇ। ਜੇ ਅਸੀਂ 5.5 ਬੈਂਡ 'ਤੇ ਸ਼ੁਰੂ ਕੀਤਾ ਸੀ ਤਾਂ ਅਸੀਂ ਪਹਿਲਾਂ ਹੋਮਵਰਕ ਕੀਤਾ ਸੀ ਕਿ ਅਸੀਂ ਕਾਮਯਾਬ ਹੋ ਪਾਵਾਂਗੇ। ਜਿਨ੍ਹਾਂ ਬੱਚਿਆਂ ਦੇ ਵੀਜ਼ੇ ਲੱਗ ਗਏ ਉਹਨਾਂ ਦੀਆਂ ਦੁਆਵਾਂ ਮਿਲੀਆਂ, ਬਹੁਤ ਅੱਛਾ ਲੱਗਾ। ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਵੀਜ਼ੇ ਨਹੀਂ ਵੀ ਲੱਗੇ, ਐਟਲੀਸਟ ਜਿਨ੍ਹਾਂ ਦੇ ਵੀਜ਼ੇ ਨਹੀਂ ਵੀ ਲੱਗੇ ਤਾਂ ਉਹਨਾਂ ਦਾ ਨੁਕਸਾਨ ਨਾ ਹੋਵੇ ਘੱਟੋ ਘੱਟ, ਇਹ ਸੋਚ ਦੇ ਨਾਲ ਅਸੀਂ ਤੁਹਾਡੇ ਕੋਲੋਂ ਐਡਵਰਟੀਜ਼ਮੈਂਟ ਬਣਵਾਈਆਂ ਸੀਗੀਆਂ, ਇਹ ਸੋਚ ਦੇ ਨਾਲ ਅਸੀਂ ਕਾਰੋਬਾਰ ਸ਼ੁਰੂ ਕੀਤਾ ਸੀ। ਮੈਂ ਕਹਿੰਦਾ ਵੀਜ਼ੇ ਘੱਟ ਲੱਗੇ ਹੋਣਗੇ ਸ਼ਾਇਦ 5.5 ਮਿੰਟ ਦੇ, ਲੋਕਾਂ ਨੂੰ ਤੁਸੀਂ ਚੁੱਪ ਨਹੀਂ ਨਾ ਕਰਾ ਸਕਦੇ ਕਈ ਮੂੰਹ ਕਈ ਗੱਲਾਂ। ਬਿਲਕੁਲ, ਤੁਸੀਂ ਇਹ ਸੋਚੋ ਜਿਹੜੇ ਬੱਚੇ ਚਲੇ ਗਏ ਉਹ ਥੋੜ੍ਹੀ ਜਾ ਸਕਦੇ ਸੀ, ਉਹ ਤਾਂ ਬੱਚੇ ਚਲੇ ਗਏ। 5.5 ਬੈਂਡ ਕੈਨੇਡਾ 'ਤੇ ਕਦੀ ਸਟੂਡੈਂਟ ਨਹੀਂ ਸੀ ਗਿਆ, ਅੱਜ ਸਟੂਡੈਂਟ ਉੱਥੇ ਪਹੁੰਚ ਗਏ, ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਨੇ ਆਪਣੀਆਂ ਖੁਸ਼ੀਆਂ ਤੱਕ ਪਹੁੰਚਣ ਦਾ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਸਾਡੇ ਉੱਤੇ, ਅਸੀਂ ਉਹ ਕੰਮ ਕੀਤਾ, ਅੱਜ ਉਹ ਬੱਚੇ ਟਿਕਾਣੇ ਲੱਗ ਗਏ। ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਰਾਜਕੁਮਾਰ ਜੀ ਇੱਕ ਬਹੁਤ ਵਧੀਆ ਆਰਟਿਸਟ ਨੇ, ਜਿਹੜੇ ਅਕਸਰ ਕਿ ਤੁਸੀਂ ਨਾਟਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਦੇਖਿਆ ਹੋਏਗਾ। ਰਾਜਕੁਮਾਰ ਜੀ ਨੂੰ ਬਤੌਰ ਆਰਟਿਸਟ ਅਸੀਂ ਆਪਣੀਆਂ ਐਡਵਰਟੀਜ਼ਮੈਂਟ ਦੇ ਵਿੱਚ ਲਿਆ ਸੀਗਾ। ਰਾਜਕੁਮਾਰ ਜੀ ਅੱਜ ਕਮਰਸ਼ੀਅਲ ਲੈਵਲ ਦੇ ਉੱਤੇ, ਇੱਕ ਪਰਸਨਲ ਲੈਵਲ ਦੇ ਉੱਤੇ ਸਾਡੇ ਨਾਲ ਜਦੋਂ ਵੀ ਸਵਾਲ ਜਵਾਬ ਕਰਦੇ, ਅਸੀਂ ਕੋਈ ਤਿਆਰੀ ਕਰਕੇ ਨਹੀਂ ਬੈਠਦੇ। ਰਾਜਕੁਮਾਰ ਜੀ ਬਤੌਰ ਪ੍ਰੋਫੈਸ਼ਨ ਇੱਕ ਬੈਂਕ ਮੈਨੇਜਰ ਨੇ, ਜੋ ਇਹਨਾਂ ਦੇ ਐਕਸਪੀਰੀਅੰਸ ਹੈਗੇ ਆ ਉਹਦਾ ਸਦਕਾ ਹੀ ਅਸੀਂ ਆਪਣੇ ਪਲਾਨ ਬਣਾਉਂਦੇ ਹਾਂ, ਰੂਲ ਬਣਾਉਂਦੇ ਹਾਂ। ਇਹਨਾਂ ਨੂੰ ਵੀ ਰੂਟੀਨ ਲਾਈਫ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਮਿਲਦੇ ਆ, ਇਹਨਾਂ ਦੇ ਕੋਲ ਜੋ ਸਟੂਡੈਂਟ ਦੇ ਅੱਜ ਰੀਅਲ ਸਵਾਲ ਹੋਣਗੇ ਅੱਜ ਉਹਦੇ 'ਤੇ ਗੱਲ ਕਰਾਂਗੇ। ਬਿਲਕੁਲ ਜੀ, ਵਿਨੇ ਹਰੀ ਜੀ, ਬਿਲਕੁਲ ਤੁਹਾਡੀ ਗੱਲ ਸੱਚੀ ਹੈ, ਕਿਉਂਕਿ ਮੈਂ ਬੈਂਕ 'ਚ ਜਦੋਂ ਬੈਠਾ ਹੁੰਦਾ, ਸਾਡੇ ਕੋਲ ਐਜੂਕੇਸ਼ਨ ਲੋਨ ਵਾਸਤੇ ਸਟੂਡੈਂਟ ਜ਼ਿਆਦਾ ਆਉਂਦੇ ਹਾਂ, ਅਸੀਂ ਐਜੂਕੇਸ਼ਨ ਲੋਨ ਆਉਣਾ। ਪਰ ਹੁਣ ਇੱਕ ਨਾਲ ਨਵਾਂ ਪੇਸ਼ਾ ਜੁੜ ਗਿਆ, ਤੁਹਾਡੀ ਐਡ 'ਚ ਕੰਮ ਕੀਤਾ, ਮਸ਼ਹੂਰੀ ਹੋ ਗਈ, ਹੈ ਤਾਂ ਲੋਕ ਇਹ ਵੀ ਸਾਡੇ ਕੋਲ ਪੁੱਛਦੇ ਨੇ ਜੀ ਕਿ ਅਸੀਂ ਕੰਸਲਟੈਂਟ ਕਿਹੜਾ ਲੱਭੀਏ, ਅਤੇ ਅਸੀਂ ਬੇਧੜਕ ਹੋ ਕੇ ਕਹਿੰਦੇ ਜੀ ਕਿ ਸਾਡੇ ਵਿਨੇ ਹਰੀ ਜੀ ਉਹਨਾਂ ਕੋਲ ਤੁਸੀਂ ਜਾਓ, ਕਿਉਂਕਿ ਤੁਹਾਡਾ ਕੰਮ ਬੋਲਦਾ। ਅੱਜ ਤਾਂ ਸਮਾਜ ਦੇ ਵਿੱਚ ਇੱਕ ਚੀਜ਼ ਬੜੀ ਕਲੀਅਰ ਹੋ ਚੁੱਕੀ ਹੈ, ਅਸੀਂ ਐਡਵਰਟੀਜ਼ਮੈਂਟ ਕਰਦੇ ਹਾਂ, ਅੱਜ ਵੀ ਸਾਡੀਆਂ ਕਮਰਸ਼ੀਅਲ ਐਡ ਚੱਲਦੀਆਂ, ਇੱਕ ਐਡ ਹੁਣ ਅਸੀਂ ਅਵੇਅਰਨੈਸ ਵਾਸਤੇ ਕਰਦੇ ਹਾਂ, ਲੋਕਾਂ ਨੂੰ ਇੱਕ ਚੀਜ਼ ਪਤਾ ਲੱਗ ਗਈ ਕਿ ਬਗੈਰ ਪੈਸੇ ਦਿੱਤਿਆਂ ਵੀ ਕੰਮ ਹੋ ਸਕਦਾ। ਬਿਲਕੁਲ ਜੀ, ਬਿਲਕੁਲ। ਔਰ ਇਸ ਚੀਜ਼ ਦਾ ਮੈਂ ਬਿਲਕੁਲ ਤੁਹਾਡਾ ਇਸ ਗੱਲ ਦਾ ਗਵਾਹ ਹੈ ਜੀ, ਕਿਉਂਕਿ ਕਾਫੀ ਸਟੂਡੈਂਟ ਸਾਡੇ ਕੋਲ ਪੁੱਛ ਕੇ ਤੁਹਾਡੇ ਕੋਲ ਆਏ ਵੀ ਹੈ, ਔਰ ਤੁਸੀਂ ਉਹਨਾਂ ਕੋਲ ਬੜੇ ਜਾਇਜ਼ ਲੋਕਾਂ ਦੇ ਵਿੱਚ ਇੱਕ ਅਫਵਾਹ ਹੈ ਕਿ ਵੀਜ਼ਾ ਤਾਂ ਲਾਜਦਾ ਬਿਨੇ ਹਰ ਜੀ ਪੈਸਾ ਬਹੁਤ ਲੈਂਦੇ ਨੇ, ਪੈਸਾ ਦੇਖੋ ਦੁਕਾਨਦਾਰੀ ਹੈ ਜੀ ਸਾਰਿਆਂ ਦੀ ਆਪਣੀ ਆਪਣੀ। ਪਰ ਨਹੀਂ ਜੀ, ਮੈਂ 2 ਲੱਖ ਰੁਪਇਆ ਖਰਾਬ ਕਰਾ ਕੇ ਜੋ ਤੁਸੀਂ ਸਾਡੇ ਕੋਲ ਆਉਣਾ ਪਹਿਲਾਂ ਹੀ ਆ ਜਾਓ। ਹਾਂਜੀ ਬਿਲਕੁਲ, ਮੈਂ ਦੇਖਿਆ ਜੀ ਜਿਹੜਾ ਵੀਜ਼ਾ ਲੱਗ ਜਾਂਦਾ, ਜੇ 1-1.5 ਲੱਖ ਵਾਧੂ ਵੀ ਦੇਣਾ ਪੈਂਦਾ, ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਬੰਦੇ ਦਾ ਬਿਨਾਂ ਕਿਸੇ ਖੱਜਲ ਖੁਆਰੀ ਤੋਂ, ਬਿਨਾਂ ਕਿਸੇ ਠੱਗੀ ਤੋਂ ਕੰਮ ਹੋ ਜਾਂਦਾ, ਔਰ ਵਧੀਆ ਗੱਲ ਹੈ। ਅੱਛਾ ਬਿਨਾਂ ਜੀ, ਇਸ ਤਰ੍ਹਾਂ ਕਿ 2017 ਦਾ ਨਿਕਲ ਗਿਆ, ਨਿਕਲ ਗਿਆ ਜੀ, ਹੁਣ 18 'ਚ ਬੜਾ ਰੌਲਾ ਪਿਆ, ਪਤਾ ਲੱਗਾ ਕਿ ਕੈਨੇਡਾ ਦੇ ਜਿਹੜੇ ਰੂਲ ਬਦਲ ਰਹੇ ਨੇ, ਹਾਂਜੀ, ਇਹ ਵੀਜ਼ੇ ਮਿਲਣੇ ਔਖੇ ਹੋ ਜਾਣੇ ਆ। ਔਰ ਨਾਲ ਨਾਲ ਇਹ ਵੀ ਬੱਚਿਆਂ 'ਚ ਦੌੜ ਲੱਗ ਗਈ ਹੈ, ਜਿਹੜੇ ਬੱਚੇ ਕਮਜ਼ੋਰ ਨੇ ਉਹਨਾਂ ਦਾ ਫਿਊਚਰ ਅੱਗੇ ਖਤਮ ਹੋ ਗਿਆ, ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੁਛ ਨਹੀਂ ਜੀ, ਦੁਬਾਰਾ ਫਿਰ ਜਾਦੂਗਰ ਆ ਰਿਹਾ ਜੀ ਸਾਡਾ, ਹੋਰ ਕੁਛ ਦਿਨ ਤੱਕ, ਠੀਕ ਹੈ, ਬਾਬਾ ਜੀ ਵਾਲੀ ਐਡ ਵੀ ਆ ਰਹੀ ਅਤੇ ਬੈਂਡ ਬਾਜੇ ਵੀ ਇਹੀ ਲੈ ਕੇ ਆ ਰਹੇ, ਤਾਂ ਰਿਕਸ਼ਾ ਵੀ ਸਾਡਾ ਆ ਰਿਹਾ ਵਾ। ਅੱਛਾ ਜੀ, ਅਸੀਂ ਦੁਬਾਰਾ ਨਵੇਂ ਤਰੀਕੇ ਨਾਲ ਸਾਰੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਵਾ। 2017 ਬਹੁਤ ਵਧੀਆ ਰਿਹਾ, 2017 'ਚ ਅਸੀਂ ਬਹੁਤ ਕੁਛ ਸਿੱਖਿਆ, 2018 ਦੇ ਸ਼ੁਰੂਆਤ ਦੇ ਵਿੱਚ ਅਸੀਂ ਬੈਂਡ ਵਾਲਾ ਕੰਮ ਹੀ ਮੁਕਾ ਦਿੱਤਾ ਜੀ। ਜਿਹੜੇ ਬੱਚੇ ਅੰਗਰੇਜ਼ੀ ਦੇ ਵਿੱਚ ਕਮਜ਼ੋਰ ਹੈ, ਜ਼ਿਆਦਾਤਰ ਪੰਜਾਬ ਦੇ ਸੂਬਿਆਂ ਦੇ, ਪੰਜਾਬੀ ਸੂਬਿਆਂ ਦੇ ਲੋਕ ਪਿੰਡਾਂ 'ਚ ਰਹਿੰਦੇ ਆ, ਜਿੱਥੇ ਅੰਗਰੇਜ਼ੀ ਬੋਲਣਾ, ਅੰਗਰੇਜ਼ੀ ਸਿੱਖਣਾ ਇੱਕ ਬਹੁਤ
ਕਿ 1 ਫਰਵਰੀ ਤੋਂ ਰੂਲ ਲੱਗ ਜਾਣੇ ਹੈ ਅਤੇ 1 ਫਰਵਰੀ ਤੋਂ ਰਾਜਕੁਮਾਰ ਜੀ ਬੜਾ ਟਾਈਮ ਬਹੁਤ ਦੇਰ ਹੈ ਜੀ ਬਹੁਤ ਦੇਰ ਅਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਸੀ ਕਿ ਨੋਟ ਬਦਲਣ ਵਾਲੇ ਸੀ ਅਤੇ ਲੋਕ ਤਾਂ ਤੁਹਾਡੇ ਘਰ ਰਾਤ ਨੂੰ ਪਹੁੰਚ ਗਏ ਸੀ ਰਾਤ ਨੂੰ ਪਹੁੰਚ ਗਏ ਸੀ ਜੀ 8 ਵਜੇ ਅਤੇ ਜੇ ਨੋਟਬੰਦੀ 'ਚ 15 ਦਿਨ ਮਿਲ ਗਏ ਸੀ ਅਤੇ ਕੈਨੇਡਾ ਵੀਜ਼ੇ ਤਾਂ ਫਿਰ ਮਹੀਨਾ ਮਿਲ ਗਿਆ ਜੀ ਬਿਲਕੁਲ ਬਿਲਕੁਲ ਅਤੇ ਜਿਹੜੇ ਵੀ ਵੀਰ ਭਰਾ 1 ਫਰਵਰੀ ਦੀ ਵੇਟ ਕਰਦੇ ਨੇ ਜਿਹੜੇ ਡਰਦੇ ਨੇ ਕਿ ਆਇਲਸ ਵਿੱਚ ਬੈਂਡ ਨਹੀਂ ਹੈਗੇ ਜਾਂ ਕਹਿ ਲਓ ਆਇਲਸ ਨਹੀਂ ਹੈਗੀ ਜਾਂ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਖੁੱਲ੍ਹਾ ਸੱਦਾ ਵਾ ਅਸੀਂ ਬਿਨਾਂ ਆਇਲਸ ਦੇ ਐਪਲੀਕੇਸ਼ਨ ਲੈ ਰਹੇ ਹਾਂ ਜਿਹੜੇ ਬੱਚੇ ਕਮਜ਼ੋਰ ਨੇ ਅੰਗਰੇਜ਼ੀ ਦੇ ਵਿੱਚ ਉਹਨਾਂ ਦੀਆਂ ਵੀ ਐਪਲੀਕੇਸ਼ਨ ਲੈ ਰਹੇ ਹਾਂ 1 ਫਰਵਰੀ ਤੋਂ ਪਹਿਲਾਂ ਤੁਹਾਨੂੰ ਕੇਸ ਆਪਣਾ ਅਪਲਾਈ ਕਰਨਾ ਪਏਗਾ ਫਿਰ ਤੁਸੀਂ ਪੁਰਾਣੇ ਰੂਲ ਦੇ ਅੰਡਰ ਰਹੋਗੇ ਰਾਜਕੁਮਾਰ ਜੀ ਨੇ ਆਲਰੇਡੀ ਬਹੁਤ ਸਾਰੀਆਂ ਐਡ ਵਿੱਚ ਸਾਡੇ ਨਾਲ ਕੰਮ ਕੀਤਾ ਵਾ ਇਹਨਾਂ ਦਾ ਇੱਕ ਵਿਸ਼ਵਾਸ ਸੀਗਾ ਸਾਡੇ ਉੱਤੇ ਉਹੀ ਵਿਸ਼ਵਾਸ ਸਾਨੂੰ ਲੋਕਾਂ ਨੇ ਸਾਡੇ ਉੱਤੇ ਕੀਤਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਆਏ ਜਦੋਂ ਅਸੀਂ 5.5 ਬੈਂਡ ਦੀ ਗੱਲ ਕੀਤੀ ਸੀ ਸਾਡਾ ਇੱਕੋ ਟਾਰਗੇਟ ਸੀ ਕਿ ਵੀਜ਼ਾ ਲੱਗੇ ਅਸੀਂ ਉਦੋਂ ਵੀ ਕਿਸੇ ਕੋਲ ਪਹਿਲਾਂ ਪੈਸੇ ਨਹੀਂ ਸੀ ਲੈਂਦੇ ਅੱਜ ਅਸੀਂ ਬਿਨਾਂ ਆਇਲਸ ਦੀ ਗੱਲ ਕਰਦੇ ਪਏ ਤਾਂ ਅਸੀਂ ਅੱਜ ਵੀ ਕਿਸੇ ਕੋਲ ਪੈਸਿਆਂ ਦੀ ਡਿਮਾਂਡ ਨਹੀਂ ਕਰਦੇ ਪਏ ਤੁਸੀਂ ਆਫਰ ਲੈਟਰ ਕਾਲਜ ਦੀ ਫੀਸ ਅੰਬੈਸੀ ਫੀਸ ਕੋਈ ਵੀ ਪੈਸਾ ਨਹੀਂ ਦੇਣਾ ਤੁਸੀਂ ਸਿਰਫ 12ਵੀਂ ਪਾਸ ਕੀਤੀ ਹੋਵੇ ਤੁਸੀਂ ਪ੍ਰਾਈਵੇਟ ਪੜ੍ਹੇ ਹੋ ਤੁਸੀਂ ਸਰਕਾਰੀ ਬੋਰਡ ਤੋਂ ਪੜ੍ਹੇ ਹੋ ਤੁਸੀਂ ਪੰਜਾਬ ਬੋਰਡ ਤੋਂ ਪੜ੍ਹੇ ਹੋ ਕਿਸੇ ਵੀ ਹਿੰਦੁਸਤਾਨ ਦੇ ਬੋਰਡ ਤੋਂ ਪੜ੍ਹੇ ਹੋ ਮਾਨਤਾ ਪ੍ਰਾਪਤ ਕਿਸੇ ਇੰਸਟੀਚਿਊਟ ਤੋਂ ਤੁਸੀਂ 12ਵੀਂ ਕੀਤੀ ਹੈ ਕੋਈ ਡਿਪਲੋਮਾ ਕੀਤਾ ਤੁਸੀਂ ਆਇਲਸ ਨਹੀਂ ਕੀਤੀ ਤੁਸੀਂ ਫਿਰ ਵੀ ਕੈਨੇਡਾ ਜਾਣ ਦੇ ਹੱਕਦਾਰ ਜੇ ਤਰੀਕ ਮਿੱਥੀ ਗਈ ਹੈ ਕਿ 1 ਫਰਵਰੀ ਤੋਂ ਪਹਿਲਾਂ ਕੇਸ ਲਾਉਣਾ ਪੈਣਾ ਇੱਕ ਨਵਾਂ ਰੂਲ ਆ ਰਿਹਾ ਵਾ ਜਿਹਨੂੰ SDS ਦਾ ਨਾਂ ਦਿੱਤਾ ਗਿਆ ਵਾ ਸ਼ਾਇਦ ਇਹ ਰੋਲ ਇੰਪਲੀਮੈਂਟ ਹੋਵੇ ਸ਼ਾਇਦ ਨਾ ਹੋਵੇ ਬਟ ਜੇ ਇੰਪਲੀਮੈਂਟ ਹੁੰਦਾ ਫਿਰ 6 ਬੈਂਡ ਈਚ ਮੋਡਿਊਲ ਚਾਹੀਦੇ ਹੋਣਗੇ ਫਿਰ ਕੈਨੇਡਾ ਦੇ ਵਿੱਚ ਕਮਜ਼ੋਰ ਅੰਗਰੇਜ਼ੀ ਵਾਲਾ ਬੱਚਾ ਨਹੀਂ ਜਾ ਪਾਏਗਾ ਬਿਲਕੁਲ ਜੀ ਬਿਲਕੁਲ ਮੈਂ ਇਸ ਗੱਲ ਦੀ ਬਿਲਕੁਲ ਮੈਂ ਅਸ਼ੋਰੈਂਸ ਦਿੰਦਾ ਕਿ ਮੈਨੂੰ ਇਸ ਚੀਜ਼ ਦੇ ਬਾਰੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਸਟੂਡੈਂਟ ਤੁਹਾਡੇ ਕੋਲ ਆਏ ਉਹ ਪਹੁੰਚੇ ਵੀ ਨੇ ਹਾਂਜੀ ਉਹਨੇ ਜਾਇਆ ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਕਿ ਤੁਸੀਂ ਸਾਰੇ ਜਿਹੜੇ ਹੁਣ ਇੰਤਜ਼ਾਰ ਨਾ ਕਰੋ ਉਹ ਪਹਿਲਾਂ ਵੀ ਇਹਨਾਂ ਨੇ ਗੱਲ ਕੀਤੀ ਸੀ ਕਿ ਪੈਟਰੋਲ ਮਹਿੰਗਾ ਹੋਵੇ ਅਤੇ 30-40 ਪੈਸੇ ਮਹਿੰਗਾ ਹੋਣਾ ਤਾਂ ਅਸੀਂ ਫਟਾਫਟ ਗੱਡੀਆਂ ਪੈਟਰੋਲ ਪੰਪ 'ਤੇ ਲਾਉਂਦੇ ਹਾਂ ਪੈਟਰੋਲ ਪੰਪ 'ਤੇ ਗੱਡੀਆਂ ਇਸ ਕਰਕੇ ਲਾਉਂਦੇ ਕਿ ਸਾਡੇ ਪੈਸੇ ਬਚ ਜਾਣ ਅਤੇ ਸਾਨੂੰ ਪੈਟਰੋਲ ਵੀ ਮਿਲ ਜਾਏ ਕਿਉਂਕਿ ਸਵੇਰੇ ਵੈਸੇ ਕਈ ਵਾਰ ਸ਼ਾਮ ਨੂੰ ਵੀ ਰਸ਼ ਹੋ ਜਾਂਦਾ ਅਤੇ ਸਵੇਰੇ ਵੀ ਰਸ਼ ਹੋਣਾ ਸੋ ਮੈਂ ਕਹਿੰਦਾ ਕਿ ਤੁਸੀਂ ਘਰ ਨਾ ਬੈਠੋ ਜੇ ਨਵੇਂ ਸਾਲ ਦੀਆਂ ਵਧਾਈਆਂ ਤੋਂ ਬਾਅਦ ਕੋਈ ਦੂਜੀਆਂ ਵਧਾਈਆਂ ਵੀ ਲੈਣੀਆਂ ਅਤੇ ਫਟਾਫਟ ਆਪਣੇ ਆ ਕੇ ਫਾਈਲਾਂ ਜਮ੍ਹਾਂ ਕਰਾਓ ਇਹਨਾਂ ਨਾਲ ਕੰਸਲਟ ਕਰੋ ਇਹਨਾਂ ਨਾਲ ਗੱਲਬਾਤ ਕਰੋ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਵਿਨੇ ਹੈਰੀ ਜੀ ਇਹ ਅੱਛੀ ਸਲਾਹ ਮੈਨੂੰ ਪੈਟਰੋਲ ਤੋਂ ਯਾਦ ਆਇਆ ਜੀ ਤੁਹਾਡਾ ਹਾਂਜੀ ਜਿੱਦਾਂ ਪੈਟਰੋਲ ਦੇ ਵਾਸਤੇ ਰਾਤ ਨੂੰ ਲੈਣਾ ਲੱਗ ਜਾਂਦੀਆਂ ਜੀ ਜੀ ਇੱਦਾਂ ATM ਦੇ ਬਾਹਰ ਵੀ ਲੈਣਾ ਲੱਗ ਗਈਆਂ ਜਿਹੜੇ ਨੋਟ ਬਦਲੀ ਹੋਣੇ ਬਿਲਕੁਲ ਬਿਲਕੁਲ ਅਤੇ ਜਿਹਨਾਂ ਨੇ ਤਾਂ ਨੋਟ ਵਟਾਲੇ ਤਾਂ ਉਹ ਤਾਂ ਖੁਸ਼ ਰਹੇਗੇ ਜਿਹਨਾਂ ਨੇ ਨਹੀਂ ਵਟਾਏ ਉਹਨਾਂ ਦੇ ਅੱਜ ਵੀ ਕਾਗਜ਼ ਨੇ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਘੱਟ ਬੈਂਡ ਨੇ ਆਇਲਸ ਦੇ ਵਿੱਚ ਇਹ ਕਾਗਜ਼ ਹੀ ਰਹਿ ਜਾਣਾ 1 ਫਰਵਰੀ ਤੋਂ ਬਾਅਦ ਅਤੇ ਜਿੰਨੀ ਜਲਦੀ ਹੋ ਸਕਦਾ ਦੋਸਤੋ ਅਪਲਾਈ ਕਰੀਏ 12ਵੀਂ ਪਾਸ 2-5 ਸਾਲ ਦਾ ਗੈਪ ਹੈ ਫਿਰ ਵੀ ਜਾ ਸਕਦੇ ਹੋ ਤੁਸੀਂ ਸਾਡੇ ਜਲੰਧਰ ਦਫ਼ਤਰ ਆਓ ਚੰਡੀਗੜ੍ਹ ਆਓ ਅੰਮ੍ਰਿਤਸਰ ਆਓ 3 ਸ਼ਹਿਰਾਂ ਦੇ ਵਿੱਚ ਸਾਡੇ ਦਫ਼ਤਰ ਆ ਜਿੱਥੇ ਤੁਸੀਂ ਆ ਕੇ ਮੈਨੂੰ ਮਿਲ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਬਿਲਕੁਲ ਜੀ ATM ਦੇ ਵਿੱਚ ਵੀ ਜਦੋਂ ਕੈਸ਼ ਹੁੰਦਾ ਸੀ ਲਾਈਨਾਂ ਲੱਗ ਜਾਂਦੀਆਂ ਲੇਕਿਨ ATM ਦੇ ਵਿੱਚ ਕੈਸ਼ ਲਿਮਿਟਡ ਹੁੰਦਾ ਸੀ ਅਤੇ ਮੇਰਾ ਖਿਆਲ ਕਾਲਜਾਂ ਵਿੱਚ ਸੀਟਾਂ ਵੀ ਹੁਣ ਲਿਮਿਟਡ ਹੀ ਹੋਣਗੀਆਂ ਨਹੀਂ ਭਰ ਕੇ ਰੱਖਿਆ ਜੀ ਦੇਖੋ ਐਡਾ ਵੱਡਾ ਦਫ਼ਤਰ ਆ ਸੀਟਾਂ ਹੀ ਸੀਟਾਂ ਭਰੀਆਂ ਜੀ ਅੱਛਾ ਜੀ ਅੱਛਾ ਠੀਕ ਹੈ ਮਤਲਬ ਮਰਜ਼ੀ ਸਟੂਡੈਂਟ ਆ ਜਾਣਾ ਸਾਰਾ ਅਰੇਂਜਮੈਂਟ ਕੀਤਾ ਮਤਲਬ ਸੀਟਾਂ ਤੁਸੀਂ ਪਹਿਲਾਂ ਰਿਜ਼ਰਵ ਕਰਵਾਈਆਂ ਅਸੀਂ ਪਹਿਲਾਂ ਹੀ ਸਾਰਾ ਕੁਝ ਬੁੱਕ ਕਰਕੇ ਰੱਖਿਆ ਸੋ ਬਹੁਤ ਵਧੀਆ ਮੌਕਾ ਹੈ ਦੋਸਤੋ ਤੁਸੀਂ ਇਸ ਮੌਕੇ ਨੂੰ ਖੁੰਝਾਓ ਨਾ ਪਹੁੰਚੋ ਦੇਰੀ ਬਿਲਕੁਲ ਨਹੀਂ ਕਰਨੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਜੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹੋ ਮੇਰਾ ਦਾਅਵਾ ਹੈ ਕਿ ਤੁਹਾਡੇ ਸੁਪਨੇ ਪੂਰੇ ਸਾਕਾਰ ਹੋਣਗੇ ਮੈਂ ਇਸ ਦਾਅਵੇ ਦੇ ਨਾਲ ਤੁਹਾਨੂੰ ਇਹ ਦਾਅਵਾ ਦਿੰਦਾ ਕੋਈ ਫਟਾਫਟ ਬਿਨਾਂ ਕਿਸੇ ਦੇਰੀ ਕੀਤੇ ਬਿਨਾਂ ਕਿਤੇ ਇੰਤਜ਼ਾਰ ਕੀਤੇ ਤੁਸੀਂ ਦਫ਼ਤਰ ਦੇ ਵਿੱਚ ਪਹੁੰਚੋ ਵਿਨੇ ਹਰੀ ਨਾਲ ਆ ਕੇ ਆਪਣੀ ਕਿਸਮ ਨੂੰ 4 ਚੰਦ ਲਗਾਓ ਕਿਉਂਕਿ ਲੋਨ ਦਾ ਬੜਾ ਅੱਜ ਕੱਲ੍ਹ ਪਿਆ ਜੀ ਕਿ ਬੱਚਿਆਂ ਨੂੰ ਲੋਨ ਨਹੀਂ ਮਿਲਦਾ ਬਾਹਰ ਜਾਣ ਵਾਸਤੇ ਬਿਲਕੁਲ ਜੀ ਬੈਂਕਾਂ ਦੇ ਵਿੱਚ ਆਮ ਤੌਰ 'ਤੇ ਵਿਨੇ ਹਰੀ ਜੀ ਜਿਹੜੀ ਹੈ ਨਾ ਪ੍ਰੋਬਲਮ ਇਹ ਆਉਂਦੀ ਹੈ ਜਿਹੜਾ ਛੋਟਾ ਡਿਪਲੋਮਾ ਹੁੰਦਾ ਸਾਲ ਦਾ ਅਤੇ ਕਾਲਜ ਜਾਂ ਜਿਹੜੇ ਡਿਪਲੋਮੇ ਵਾਸਤੇ ਬੈਂਕ ਲੋਨ ਨਹੀਂ ਦਿੰਦਾ ਅੱਛਾ ਜੀ ਅਤੇ ਜਿਹੜੀ ਡਿਗਰੀ ਹੁੰਦੀ ਹੈ 2 ਸਾਲ ਦੀ ਡਿਗਰੀ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਉਹਦੇ ਵਿੱਚ ਬੈਂਕ ਲੋਨ ਦਿੰਦਾ ਇਹ ਇੱਕ ਬੈਂਕ ਦੀ ਰੂਲਿੰਗ ਜਿਹੜੀ ਰਿਜ਼ਰਵ ਬੈਂਕ ਵੱਲੋਂ ਹੈਗੀ ਹੈ ਇਹਦੇ 'ਚ ਆਪਾਂ ਚੇਂਜ ਨਹੀਂ ਕਰ ਸਕਦੇ ਦੇਖੋ ਮੈਂ ਕਹਿਣਾ ਚਾਹਾਂਗਾ ਜਿਹੜੇ ਵੀ ਸਟੂਡੈਂਟ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਜਾਣ ਬਾਰੇ ਸੋਚ ਰਹੇ ਆ ਜਾਂ ਤਾਂ ਤੁਹਾਨੂੰ ਲੋਨ ਕਰਾਉਣਾ ਪਏਗਾ 15 ਲੱਖ ਰੁਪਏ ਦਾ ਅਤੇ ਜਾਂ ਤੁਹਾਨੂੰ 15 ਲੱਖ ਰੁਪਏ ਖਾਤੇ 'ਚ ਸ਼ੋਅ ਕਰਨੇ ਪੈਣਗੇ ਜਦੋਂ ਤੱਕ ਤੁਹਾਡੇ ਕੋਲ ਪੈਸੇ ਆਪਦੇ ਸ਼ੋਅ ਕਰਨ ਲਈ ਨਹੀਂ ਹੈਗੇ ਤੁਸੀਂ ਵੀਜ਼ੇ ਦੇ ਹੱਕਦਾਰ ਨਹੀਂ ਹੈਗੇ ਅੱਜ ਕੈਨੇਡਾ ਗੌਰਮੈਂਟ ਦੀ ਪਾਲਿਸੀ ਹੈ ਕਿ ਤੁਹਾਡੇ ਕੋਲ 1 ਸਾਲ ਦਾ ਰੋਟੀ ਦਾ ਖਰਚਾ ਔਰ 1 ਸਾਲ ਦੀ ਪੜ੍ਹਾਈ ਦੀ ਫੀਸ ਤੁਹਾਡੇ ਖਾਤੇ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਤੁਸੀਂ ਲੋਨ ਲੈ ਰਹੇ ਹੋ ਤਾਂ ਲੋਨ ਨੂੰ ਡਿਸਬਰਸ ਜ਼ਰੂਰ ਕਰਾਓ ਜਿੱਦਾਂ ਰਾਜਕੁਮਾਰ ਜੀ ਨੇ ਦੱਸਿਆ ਕਿ ਲੋਨ ਅਕਸਰ ਡਿਗਰੀ ਵਾਸਤੇ ਮਿਲਦਾ ਡਿਪਲੋਮੇ ਵਾਸਤੇ ਲੋਨ ਨਹੀਂ ਮਿਲਦਾ ਲੇਕਿਨ ਉਹਦਾ ਅਸੀਂ ਤੁਹਾਡੇ ਦਾਖਲੇ ਜਿਹੜੇ ਕਰਾਵਾਂਗੇ ਬਿਨਾਂ ਆਇਲਸ ਦੇ ਉਹ ਵੀ ਡਿਗਰੀ ਦੇ ਵਿੱਚ ਕਰਾਵਾਂਗੇ ਤਾਂ ਜੋ ਤੁਸੀਂ ਲੋਨ ਲੈ ਕੇ ਵੀ ਕੈਨੇਡਾ ਜਾ ਸਕੋ ਬਿਲਕੁਲ ਜੀ ਉਹਦੇ ਵਾਸਤੇ ਦੂਸਰਾ ਸਬਸਿ
ਵੀ ਤੁਸੀਂ ਪੈਸੇ ਸ਼ੋਅ ਕਰ ਸਕਦੇ ਹੋ, ਤੁਸੀਂ ਉਹਦਾ ਪਰਪਸ ਜਿਹੜਾ ਐਜੂਕੇਸ਼ਨ ਲਿਖ ਸਕਦੇ ਹੋ। ਹਾਂਜੀ, ਜਿਨ੍ਹਾਂ ਦੇ ਕੋਲ ਲੋਨ ਨਹੀਂ ਹੁੰਦਾ ਪਿਆ ਉਹ ਮੋਰਗੇਜ ਲੋਨ ਵੀ ਲੈ ਸਕਦੇ ਆ। ਇਹਦੇ ਨਾਲ ਨਾਲ ਦੱਸਣਾ ਚਾਹਾਂਗਾ ਕਿ ਸਟੂਡੈਂਟ ਜਿਹਨੇ ਬਾਹਰ ਜਾਣਾ ਉਹਦੇ ਮਾਂ ਬਾਪ ਦੀ ਇਨਕਮ ਦੇ ਕਾਗਜ਼ ਵੀ ਲੱਗਦੇ, ਲੋਨ ਉਹਨੂੰ ਮਿਲਦਾ ਵਾ ਜਿਹਦੀ ਕੋਈ ਆਮਦਨ ਹੈ। ਤੁਹਾਡੇ ਮਾਂ ਬਾਪ ਦੀ ਕੁੱਲ ਮਿਲਾ ਕੇ 5 ਤੋਂ 7 ਲੱਖ ਰੁਪਇਆ ਆਮਦਨ ਹੋਣੀ ਚਾਹੀਦੀ ਹੈ, ਇਹ ਇਨਕਮ ਟੈਕਸ ਦੀਆਂ ਰਿਟਰਨਾਂ ਤੁਸੀਂ ਦੇਣੀਆਂ। ਜੇ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹੋ ਤੁਸੀਂ ਆੜ੍ਹਤੀਏ ਦੇ ਕੋਲੋਂ ਜੇ ਫਾਰਮ ਲੈ ਸਕਦੇ ਹੋ, ਜਾਂ ਫਸਲ ਦੀਆਂ ਪਰਚੀਆਂ ਨਾਲ ਲਗਾ ਸਕਦੇ ਹੋ, ਜਾਂ ਤਹਿਸੀਲਦਾਰ ਦੇ ਕੋਲੋਂ ਇੱਕ ਸਰਟੀਫਿਕੇਟ ਲੈ ਸਕਦੇ ਹੋ ਜਿਹਦੇ ਨਾਲ ਪਤਾ ਲੱਗੇ ਤੁਹਾਡੀ ਸਾਲਾਨਾ ਆਮਦਨ ਕੀ ਹੈ। ਅੱਜ ਕਨੇਡਾ ਅੰਬੈਸੀ ਜਦੋਂ ਵੀ ਫਾਈਲ ਲੈਂਦੀ ਹੈ ਉਹ ਫਾਈਲ ਦੇ ਵਿੱਚ ਕੁਛ ਫਾਰਮੈਲਿਟੀ ਹੈ ਕਿ ਤੁਹਾਡੇ ਮਾਂ ਬਾਪ ਦੀ ਆਮਦਨ 5 ਤੋਂ 7 ਲੱਖ ਰੁਪਇਆ ਸਾਲ ਦੀ ਹੋਵੇ, ਤੁਹਾਡੇ ਕੋਲ 15 ਲੱਖ ਰੁਪਈਆ ਸ਼ੋਅ ਕਰਨ ਲਈ ਹੋਵੇ, ਤੁਹਾਡਾ ਮੈਡੀਕਲ ਕਲੀਅਰ ਹੋਵੇ। ਬਿਲਕੁਲ ਜੀ, ਇਹ 3 ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਬਾਕੀ ਕੰਮ ਸਾਡਾ ਵਾ ਜੀ। ਪੈਸੇ ਕਦੋਂ ਦੇਣੇ ਆ? ਜਦੋਂ ਵੀਜ਼ਾ ਲੱਗ ਜਾਏ। ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੁੰਦੇ ਹੋ, ਚੰਡੀਗੜ੍ਹ 17 ਸੈਕਟਰ ਦੇ ਵਿੱਚ ਸਾਡਾ ਆਫਿਸ ਹੈ, ਅੰਮ੍ਰਿਤਸਰ ਦੇ ਵਿੱਚ ਸਿਟੀ ਸੈਂਟਰ ਮਾਰਕੀਟ 'ਚ ਤੁਸੀਂ ਆਉਣਾ, ਜਲੰਧਰ PMC ਚੌਂਕ ਦੇ ਸਾਡਾ ਆਫਿਸ ਹੈ।